Sura so pacha.
सुरसा पहचानी
परे और निशान लेगा ਜੋੜਿਆ ਜਾਂਦਾ ਸੰਗਿਆ ਸੂਰਮੇ ਦੀ ਨਹੀਂ ਜੋੜੀ ਗਈ ਭਗਤ ਤੇ ਭਗਤੀ ਦਾ ਪ੍ਰਤੀਕ ਹੁੰਦੀ ਹੈ ਮਾਲਾ ਕਬੀਰ ਨੂੰ ਮਾਲਾ ਪਰਵਾਨੀ ਹੈ ਗੱਲ ਯੋਧਿਆਂ ਵਾਲੀ ਕਰ ਰਹੇ ਸਿੱਖਿਆ ਯੋਧਿਆਂ ਨੂੰ ਦੇ ਰਹੇ ਚਾਹੁੰਦਾ ਸੰਸਾਰ ਵਿੱਚ ਸੂਰਮੇ ਪੈਦਾ ਹੋਣ ਸਿਰ ਲੱਤ ਮਰ ਮਿਟਣ ਵਾਲੇ ਜੀਵਨ ਜਾਨ ਕੁਰਬਾਨ ਕਰ ਦੇਣ ਵਾਲੇ ਨਿਰਲੈ ਨਿਰਭੈ ਅਡੋਲ ਯੋਧੇ ਪੈਦਾ ਹੋਣ ਬਲਕਿ ਇੱਥੋਂ ਤੱਕ ਆਪ ਦਿੰਦਾ ਉਹ ਭਲਿਓ ਰੱਬ ਨਹੀਂ ਜੇ ਮਿਲਣਾ ਜੇ ਕਾਬੇ ਵੀ ਚਲੇ ਜਾਓ ਖੁਦਾ ਦੇ ਘਰ ਵਿੱਚ ਵੀ ਚਲੇ ਜਾਓ ਮੈਂ ਤੁਹਾਨੂੰ ਫਿਰ ਵੀ ਯਕੀਨ ਦੁਹਰਾਉਣਾ ਜੇ ਕਦਮਾਂ ਵਿੱਚ ਅਡੋਲਤਾ ਨਾ ਹੋਈ ਅਹਿਲਤਾ ਨਾ ਹੋਈ ਜੇ ਦਿਲ ਸਾਬਤ ਨਾ ਰਿਹਾ ਦਿਲ ਡੋਲਦਾ ਰਿਹਾ ਮਨ ਵਿੱਚ ਮਜ਼ਬੂਤੀ ਨਾ ਰਹੀ ਖੁਦਾ ਨਹੀਂ ਜੇ ਮਿਲਣਾ ਕੱਪ ਵਿੱਚ ਜਾ ਕੇ ਵੀ ਨਹੀਂ ਜੇ ਮਿਲਣਾ ਜਾਤੀ ਦਿਲ ਸਾਬਤ ਨਹੀਂ ਸਾਬਤ ਦਿਲੀ ਦਾ ਮਤਲਬ ਕੀ ਹੈ ਮਜ਼ਬੂਤ ਦਿਲ ਜਾਕੀ ਦਿਲ ਸਾਬਤ ਨਹੀਂ ਤਾਂ ਉਹ ਕਹਾਂ ਖੁਦਾ ਹੈ ਉਹਨਾਂ ਨੂੰ ਖੁਦਾ ਕਿਵੇਂ ਮਿਲ ਸਕਦਾ ਮੈਂ ਹੈਰਾਨ ਹੋਇਆ ਸ਼ਬਦ ਉੱਤੇ ਨਾਮ ਬਾਬਾ ਕਬੀਰ ਦਾ ਹੈ ਕਬੀਰ ਦਾ
ਅਸੀਂ ਕਿਸੇ ਕੰਸੈਪਟ ਨੂੰ ਢੂੰਡਨੇ ਆ ਨਾ ਉਦੋਂ ਪਸੰਦ ਯੁੱਧ ਦਾ ਪਤਾ ਲੱਗਦਾ ਹੈ। ਹੁਣ ਕਬੀਰ ਸੂਰਮੇ ਦੀ ਗੱਲ ਕਰਦੇ ਆ, ਨਗਾਰੇ ਧੌਸੇ ਵੱਜਣ ਦੀ ਗੱਲ ਕਰ ਰਹੇ ਆ, ਜਿਹੜੇ ਮੈਦਾਨੇ ਜੰਗ ਵਿੱਚ ਸ਼ਰੀਕ ਹੋਣ ਦੇ ਵਕਤ ਵਜਾਏ ਜਾਂਦੇ ਨੇ। ਜਦੋਂ ਸੂਰਮੇ ਮੈਦਾਨੇ ਜੰਗ ਵੱਲ ਕਦਮ ਧਰਦੇ ਨੇ, ਤੁਰਨਾ ਹੁੰਦਾ, ਕਦਮ ਉਠਾਉਣਾ ਹੁੰਦਾ, ਉਦੋਂ ਧੌਸੇ ਤੇ ਚੋਟ ਵੱਜਦੀ ਹੈ, ਨਗਾਰੇ ਤੇ ਚੋਟ ਵੱਜਦੀ ਹੈ। ਤੇ ਉਦੋਂ ਸੂਰਮੇ ਨੂੰ ਚੇਤਾ ਆ ਜਾਂਦਾ, ਮੇਰਾ ਕਰਤੱਵ ਕੀ ਹੈ। ਤੇ ਕਰਤੱਵ ਦਾ ਚੇਤਾ ਆਉਣਾ ਹੀ ਸਫਲਤਾ ਹੈ। ਹੁਣ ਬਾਬਾ ਕਬੀਰ ਦਮਾਮੇ ਦੀ, ਧੌਸੇ ਦੀ, ਨਗਾਰੇ ਦੀ ਗੱਲ ਕਰ ਰਹੇ ਆ। ਰਣ ਖੇਤ ਦੀ ਗੱਲ ਕਰ ਰਹੇ ਆ, ਮੈਦਾਨੀ ਜੰਗ ਦੀ ਗੱਲ ਕਰ ਰਹੇ ਆ। ਸੂਰਮਾ ਦੇਖਣਾ ਚਾਹੁੰਦਾ ਤੇ ਫਿਰ ਕਹਿੰਦਾ, ਦੁਨੀਆਂ ਦੇ ਲੋਕੋ, ਮੈਂ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ ਕਿ ਐਵੇਂ ਲੋਕਾਂ ਨੂੰ ਸੂਰਮਾ ਨਾ ਸਮਝ ਲਿਓ। ਆਓ ਸੂਰਮੇ ਨੂੰ ਪਛਾਣੋ, ਜਿੱਥੇ ਕੋਈ ਕਨਫਿਊਜ਼ਨ ਹੋਵੇ। ਮੈਨੂੰ ਕਨਫਿਊਜ਼ ਹੈ, ਆ ਚੀਜ਼ ਕਿਹੋ ਜਿਹੀ ਹੈ, ਆਪਾਂ ਆਖਣੇ ਹੁਣ ਕਨਫਿਊਜ਼ ਨਾ ਹੋ, ਪਛਾਣ ਲੈ ਕੱਲ ਨੂੰ, ਕਿਤੇ ਐਸਾ ਨਾ ਹੋਵੇ ਕਨਫਿਊਜ਼ ਹੋ ਜਾਏ, ਪਛਾਣ ਲੈ। ਪਛਾਣਨ ਦੇ ਲਫ਼ਜ਼ ਦਾ ਆਰੰਭ ਹੀ ਉੱਥੇ ਹੈ ਜਿੱਥੇ ਕੋਈ ਕਨਫਿਊਜ਼ਨ ਹੋਵੇ। ਇਹਦਾ ਮਤਲਬ ਸੂਰਮੇਪਣ ਵਿੱਚ ਵੀ ਕੋਈ ਕਨਫਿਊਜ਼ਨ ਹੈ, ਉਹਦੇ ਵਿੱਚ ਵੀ ਕੋਈ ਮੁਗਾਲਤ ਹੈ, ਭੁਲੇਖਾ ਹੈ। ਇਸੇ ਲਈ ਤਾਂ ਬਾਬਾ ਕਬੀਰ ਨੇ ਇੱਕ ਲਫ਼ਜ਼ ਵਰਤ ਦਿੱਤੇ, ਕਹਿਣ ਲੱਗੇ, ਸੂਰਾ ਸੋ ਪਹਿਚਾਨੀਏ, ਸੂਰਮੇ ਦੀ ਪਛਾਣ ਕਰ, ਮਤ ਕਿਤੇ ਜਿਹਦੇ ਹੱਥ ਵਿੱਚ ਤਲਵਾਰ ਹੋਵੇ, ਜਿਹੜਾ ਮਰਨ ਮਾਰਨ ਲਈ ਤੁਰ ਪਵੇ, ਬਸ ਇੰਨੀ ਗੱਲ ਨੂੰ ਵੇਖ ਕੇ ਤੂੰ ਸਮਝ ਲਏ ਸੂਰਮਾ। ਫਿਰ ਇੱਕ ਖਿਆਲ ਕਰੀ, ਹਿਸਟਰੀ ਪੜ੍ਹ ਲੈ ਸੰਸਾਰ ਦੀ, ਦੁਨੀਆਂ ਦਾ ਇਤਿਹਾਸ ਪੜ੍ਹ ਲੈ, ਬੜੇ ਸੰਸਾਰ ਵਿੱਚ ਵੀਰ ਯੋਧੇ ਸੂਰਮੇ ਹੋਏ, ਪਰ ਜਿਹੜਾ ਸੂਰਮਾ ਕਬੀਰ ਚਾਹੁੰਦਾ ਹੈ, ਜਿਹੜਾ ਸੂਰਮਾ ਗੁਰੂ ਨਾਨਕ ਚਾਹੁੰਦੇ ਨੇ, ਜਿਸ ਸੂਰਮੇ ਦਾ ਜ਼ਿਕਰ ਗੁਰਮਤ ਵਿੱਚ, ਗੁਰਬਾਣੀ ਵਿੱਚ ਹੈ, ਜਿਹਨੂੰ ਰਿਪੈਂਟ ਕੀਤਾ ਗਿਆ ਕਿ ਆਹ ਸੂਰਮਾ ਹੈ, ਉਹ ਸੰਸਾਰ ਦੀ ਹਿਸਟਰੀ 'ਤੇ ਨਹੀਂ ਮਿਲ ਰਿਹਾ। ਸੂਰਮੇ ਬੜੇ ਭੀਸ਼ਮ ਪਿਤਾਮ ਵਰਗੇ ਤੀਰਾਂ ਦੀ ਸੇਜਾ ਤੇ ਲੇਟਣ ਵਾਲੇ, ਜਿਨ੍ਹਾਂ ਦੇ ਹਰ ਅੰਗ ਵਿੱਚ ਤੀਰ ਲੱਗੇ ਪਰ ਸੀ ਨਾ ਨਿਕਲੀ। ਸੂਰ ਮਹਾਭਾਰਤ ਦਾ ਇਤਿਹਾਸ ਪੜ੍ਹਨੇ ਹੋ ਜਾਂ ਸੁਣਨੇ ਹੋ ਤੇ ਲਾਈਨ ਲੱਗ ਜਾਂਦੀ ਹੈ ਸੂਰਮਿਆਂ ਦੀ,
ਉਹ ਸੂਰਮੇ ਜਿਨ੍ਹਾਂ ਨਾਲ ਇਹੋ ਜਿਹੀਆਂ ਕਹਾਣੀਆਂ ਜੋੜ ਦਿੱਤੀਆਂ ਗਈਆਂ ਕਿ ਭੀਮ ਸਿੰਘ ਵਰਗਿਆਂ ਨੇ ਹਾਥੀ ਆਕਾਸ਼ ਨੂੰ ਸੁੱਟੇ ਅੱਜ ਤੱਕ ਨਹੀਂ ਮੁੜੇ ਐਡੇ ਮਹਾਨ ਸੂਰਮੇ ਰਮਾਇਣ ਦੇ ਯੁੱਧ ਵਿੱਚ ਵੀ ਸੂਰਮੇ ਪਰ ਕਿਹੜੀ ਅਜੀਬ ਗੱਲ ਹੈ ਪਾਂਡਵਾਂ ਦੇ ਹੱਥ ਵਿੱਚ ਵੀ ਤਲਵਾਰ ਹੈ ਤੀਰ ਸ਼ਸਤਰ ਕੈਰਵਾਂ ਦੇ ਹੱਥ ਵਿੱਚ ਵੀ ਤੀਰ ਹੈ ਤਲਵਾਰ ਹੈ ਸ਼ਸਤਰ ਹੈ ਜੇ ਦੇਖੀਏ ਤਾਂ ਸਾਰੇ ਸੂਰਮੇ ਪਛਾਣੀਏ ਕਿਵੇਂ ਮਸਲਾ ਬਾਬਾ ਕਬੀਰ ਜੀ ਦੇ ਲਫ਼ਜ਼ ਦਾ ਰਾਮ ਤੇ ਰਾਵਣ ਦੋਨੋਂ ਆ ਮੂਸਾ ਬਣੇ ਨੇ ਉਹਦੇ ਹੱਥ ਵਿੱਚ ਵੀ ਤਲਵਾਰ ਹੈ ਉਹਦੇ ਹੱਥ ਵਿੱਚ ਵੀ ਹੈ ਉਹ ਵੀ ਤਲਵਾਰ ਦਾ ਧਨੀ ਹੈ ਉਹ ਵੀ ਤਲਵਾਰ ਦਾ ਧਨੀ ਹੈ ਸੂਰਮਾ ਕਿਹੜਾ ਹੈ ਗੱਲ ਪਛਾਣਨ ਦੀ ਕਸਵੱਟੀ ਕੋ ਕਿਸੇ ਚੀਜ਼ ਨੂੰ ਪਛਾਣਨਾ ਹੋਵੇ ਕਸਵੱਟੀ ਚਾਹੀਦੀ ਹੈ ਕਸਵੱਟੀ ਦਾ ਮਤਲਬ ਹੀ ਪਛਾਣਨ ਲਈ ਹੈ ਹੁਣ ਬਾਬਾ ਕਬੀਰ ਨੇ ਕੇਵਲ ਪਛਾਣਨ ਦੀ ਗੱਲ ਨਹੀਂ ਕੀਤੀ ਨਾਲ ਕਸਵੱਟੀ ਵੀ ਲਾ ਦਿੱਤੀ ਐਸੇ ਗੱਲ ਤੇ ਪਛਾਣ ਲੈ ਸੂਰਾ ਸੋ ਪਹਿਚਾਨੀਏ ਜਾਗ ਪਏ ਸੁਰਤ ਗਗਨ ਉੱਚੀ ਹੈ ਗਗਨ ਆਕਾਸ਼ ਨੂੰ ਕਹਿੰਦੇ ਨੇ ਸੰਸਾਰ ਅੰਦਰ ਕੋਈ ਵੀ ਮਹਾਨ ਫੈਸਲਾ ਕਰਨਾ ਹੋਵੇ ਸੁਰਤ ਵੀ ਹੁਣਾਂ ਨਹੀਂ ਕਰ ਸਕਦਾ ਜਦੋਂ ਸੁਰਤ ਜਾਗਦੀ ਹੈ ਜਦੋਂ ਸੁਰਤ ਤੇ ਆਹਟ ਹੁੰਦੀ ਹੈ ਨਾ ਅਸਰ ਅੰਦਾਜ਼ ਹੁੰਦਾ ਵਕਤ ਦਾ ਫੈਸਲਾ ਜਦੋਂ ਸੁਰਤ ਤੇ ਅਸਰ ਕਰੇ ਸਮਝੋ ਇਹ ਕਾਹੋ ਇਹ ਸੱਟ ਨਿਸ਼ਾਨੇ ਤੇ ਪਹੁੰਚ ਗਈ ਸੱਟ ਕੀ ਹੈ ਬੜਿਆ ਦੇਖ ਸੂਰਮਾ ਕੌਣ ਗਰੀਬ ਨਾਲ ਕੀ ਹੋ ਰਿਹਾ ਗਰੀਬ ਕਿਵੇਂ ਪਿਸ ਰਿਹਾ ਧਰਮ ਦੀ ਨਾਮ ਦੀ ਕਿੰਨੀ ਦੁਰਵਰਤੋਂ ਹੋ ਰਹੀ ਹੈ ਬੇਅਦਬੀ ਹੋ ਰਹੀ ਹੈ ਨਾ ਤੂੰ ਧਰਮੀ ਰਿਹਾ ਨਾ ਤੂੰ ਗਰੀਬ ਦਾ ਮਦਦ ਕਰ ਰਿਹਾ ਇੱਥੇ ਦੀਨ ਦੇ ਦੋ ਲਫ਼ਜ਼ ਨੇ ਦੋ ਅਰਥ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀ ਵਰਤੋਂ ਵਿੱਚ ਵੀ ਆਏ ਨੇ ਇੱਕ ਦੀਨ ਦਾ ਅਰਥ ਹੈ ਗਰੀਬ ਆਇਓ ਸਰਨ ਦੀਨ ਦੁੱਖ ਭੰਜਨ ਗਰੀਬ ਤੇਰੀ ਸ਼ਰਨ ਹੈ ਨਜੀਜ਼ ਤੇਰੀ ਸ਼ਰਨ ਆਇਆ ਤੂੰ ਦੁੱਖ ਭੰਜਨ ਵਾਲਾ ਹੈ ਮੈਂ ਦੀਨ ਦੁਖੀ ਹਾਂ ਆਇਓ ਸਰਨ ਦੀਨ ਦੁੱਖ ਭੰਜਨ ਚਿਤੋਂ ਤੁਮਰੀ ਔਰ ਇੱਥੇ ਦੀਨ ਦਾ ਅਰਥ ਦੁਖੀ ਗਰੀਬ ਦੂਜੇ ਪਾਸੇ ਦੀਨ ਵਿਸਾਰੇ ਔਰ ਇਹ ਦੀਵਾਨ ਨੇ ਦੀਨ ਵਿਸਾਰੇ ਧਰਮ ਸੱਚ ਕਹਿਣ ਲੱਗੇ ਤੂੰ ਤੇ ਦੁਨੀਆਂ ਦੀ ਖਾਤਰ ਦੀਨ ਹੀ ਗਵਾ ਬੈਠਾ ਹੈ ਦੀਨ ਗਵਾਇਆ
ਇੰਡੋਨੇਸ਼ੀਆ ਇਸਲਾਮ ਵਿੱਚ ਦੀਨ ਧਰਮ ਲਈ ਸ਼ਬਦ ਵਰਤਿਆ ਜਾਂਦਾ ਹੈ। ਜਿਹਦੇ ਕੋਲ ਕੋਈ ਧਰਮ ਵਿਸ਼ਵਾਸ ਨਾ ਹੋਵੇ ਉਹਨੂੰ ਬੇਦੀਨਾ ਆਖਦੇ। ਬਾਣੀ ਨੇ ਵੀ ਆਖਿਆ ਬੇਦੀਨਾ ਕੀ ਦੋਸਤੀ, ਬੇਦੀਨਾ ਦਾ ਖਾਨ ਬੇਦੀਨ, ਜਿਹਦਾ ਕੋਈ ਧਰਮੀ ਮਨ ਨਹੀਂ, ਜਿਹਦਾ ਕੋਈ ਵਿਸ਼ਵਾਸ ਨਹੀਂ। ਹੁਣ ਇੱਥੇ ਲਫ਼ਜ਼ ਦੀਨ ਵਰਤਿਆ ਗਿਆ ਜਿਸਦਾ ਮਤਲਬ ਹੈ ਲੜਨ ਵਾਲਾ ਸੂਰਮਾ ਉਹਨੂੰ ਸਮਝੀ ਜਿਹੜਾ ਗਰੀਬ ਲਈ ਤੇ ਧਰਮ ਲਈ। ਧਰਮ ਕੀ ਹੈ? ਸੱਚ ਬੋਲੀਏ, ਸੱਚ ਧਰਮ, ਸੱਚ ਧਰਮ ਨਹੀਂ ਭਾਵੇਂ ਠੀਕ ਠਾਕ, ਕੋਈ ਧਰਮ ਧਰਮ ਨਹੀਂ ਜਿਹਦੇ ਜਿਹੜਾ ਸੱਚ ਤੇ ਨਿਰਭਰ ਨਹੀਂ। ਜੇ ਤੂੰ ਸੱਚ ਲਈ, ਜੇ ਤੂੰ ਧਰਮ ਲਈ, ਜੇ ਤੂੰ ਗਰੀਬ ਦੀ ਮਦਦ ਲਈ ਖੜਾ ਨਹੀਂ ਹੁੰਦਾ, ਕਾਹਦਾ ਸੂਰਮਾ? ਹੁਣ ਇੱਥੇ ਲਫ਼ਜ਼ ਆਏ ਨੇ ਸੂਰਾ ਸੋ ਪਹਿਚਾਨੀ ਹੈ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਧਰਮ ਦੀ ਖਾਤਰ ਤੇ ਗਰੀਬ ਦੀ ਖਾਤਰ। ਹੁਣ ਇਤਿਹਾਸ ਦੇ ਪੰਨਿਆਂ ਨੂੰ ਫਿਰ ਦੁਬਾਰਾ ਵੇਖਿਓ ਕਿ ਅਸੀਂ ਇਸ ਕਸਵੱਟੀ ਤੇ ਪਰਖ ਕੇ ਮਹਾਭਾਰਤ ਦੇ ਯੁੱਧ ਨੂੰ ਕਿਸੇ ਦੀਨ ਧਰਮ ਦਾ ਯੁੱਧ ਆਖ ਸਕਾਂਗੇ? ਇਸ ਕਸਵੱਟੀ ਤੇ ਪਰਖ ਕੇ ਰਾਮ ਤੇ ਰਾਵਣ ਦੇ ਯੁੱਧ ਨੂੰ ਅਸੀਂ ਦੀਨ ਧਰਮ ਦਾ ਯੁੱਧ ਆਖ ਸਕਾਂਗੇ? ਕੇਵਲ ਇੱਕ ਔਰਤ ਲਈ, ਉਹ ਵੀ ਜਿਹੜੀ ਆਪਣੇ ਨਾਲ ਸੰਬੰਧਿਤ ਹੈ, ਦ੍ਰੋਪਤਾ ਲਈ ਇੰਨਾ ਵੱਡਾ ਯੁੱਧ ਹੋ ਗਿਆ, ਇੰਨਾ ਵੱਡਾ ਯੁੱਧ। ਲੋਕ ਕਹਿੰਦੇ ਨੇ ਮਿਥਾਸ ਦਾ ਇੱਕ ਲਫ਼ਜ਼ ਹੈ 18 ਖੂਹੀਆਂ ਖਤਮ ਹੋ ਗਈਆਂ, ਇੱਕ ਸੀਤਾ ਲਈ ਇੰਨਾ ਵੱਡਾ ਜੰਗ ਹੋ ਗਿਆ। ਮੈਂ ਪੁੱਛਣਾ ਇੱਕ ਪਾਸੇ ਗੁਰਮਤ ਦੀ ਕਸਵੱਟੀ ਤੇ ਪੂਰਾ ਉਤਰਨ ਵਾਲਾ ਯੋਧਾ ਕੌਣ ਹੈ ਜਿਹਨੂੰ ਗੁਰਮਤ ਦੇ ਅਧੀਨ? ਤੁਹਾਡੇ ਸਾਹਮਣੇ ਮਿਸਲਾਂ ਨੇ, ਸਿੰਘਾਂ ਨੇ ਜਦੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਜ਼ਬਰਨ ਚੁੱਕ ਕੇ ਲਿਜਾ ਕੇ ਵੇਚੀਆਂ ਜਾ ਰਹੀਆਂ ਸਨ, ਇਹਨਾਂ ਦੀਆਂ ਆਪਣੀਆਂ ਰਿਸ਼ਤੇਦਾਰੀ ਦਾ ਸੀ ਮਸਲਾ, ਇਹ ਉਹਨਾਂ ਨੂੰ ਜਾਣਦੇ ਸਨ? ਉੱਥੇ ਸੀਤਾ ਦੀ ਜੰਗ ਹੋ ਰਹੀ, ਕੇਵਲ ਸੀਤਾ ਦੀ, ਉੱਥੇ ਦ੍ਰੋਪਦੀ ਲਈ ਯੋਧੇ ਖੜੇ ਹੋਏ ਨੇ, ਇੱਕ ਨਹੀਂ ਹਜ਼ਾਰਾਂ ਯੋਧੇ ਖੜੇ ਹੋ ਬੈਠੇ, ਤੀਰਾਂ ਵਾਲੇ, ਤਰਸ਼ਬਾਣਾਂ ਵਾਲੇ, ਗੁਰਜਾਂ ਵਾਲੇ, ਤਲਵਾਰਾਂ ਵਾਲੇ, ਸੁਦਰਸ਼ਨ ਚੱਕਰ ਵਾਲੇ ਵੀ ਵਿੱਚ ਸ਼ਾਮਿਲ ਹੋ ਗਏ ਨੇ। ਕਰਕੇ ਵੀ ਅਜੀਬ ਗੱਲ, ਲੜਾਈ ਕੇਵਲ ਦ੍ਰੋਪਦੀ ਦੀ ਜਿਹੜੀ ਆਪਣੀ ਪਤਨੀ ਹੈ, ਇੱਥੇ ਵੀ ਕੋਈ ਤਲਵਾਰ ਚੁੱਕਦਾ ਹੈ? ਜੰਗਲ ਵਿੱਚੋਂ ਨਿਕਲ ਕੇ ਸਿੰਘ ਹਮਲਾ ਕਰਦੇ ਨੇ, ਹੱਥ ਵਿੱਚ ਤਲਵਾਰਾਂ ਹੀ, ਤੇ ਕਿੰਨਾਂ ਨੂੰ ਸੁਣਾਉਂਦੇ ਨੇ ਜਿਹਨਾਂ ਨੂੰ ਜਾਣਦੇ ਨਹੀਂ, ਸੁਣਾਉਂਦੇ ਨੇ ਜਿਹਨਾਂ ਦਾ ਪਤਾ ਹੀ ਨਹੀਂ, ਜਿਹਨਾਂ ਨਾਲ ਕੋਈ ਜ਼ਾਤੀ ਰਿਸ਼ਤੇਦਾਰੀ ਨਹੀਂ, ਜ਼ਾਤੀ ਸੰਬੰਧ ਨਹੀਂ, ਕੇਵਲ
ਇੰਨਾ ਹੀ ਸੰਬੰਧ ਹੈ ਲੜੇ ਦੀਰ ਕੇ। ਹੁਣ ਕਿਹੜੀ ਅਜੀਬ ਗੱਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਮੈਂ ਸੂਰਮੇ ਦੀ ਪਰਿਭਾਸ਼ਾ ਦੇਖਣਾ, ਤਿੰਨ ਚਾਰ ਗੱਲਾਂ ਤੇ ਹੈ, ਉਹਦੇ ਵਿੱਚੋਂ ਕੋਈ ਵੀ ਗੱਲ ਐਸੀ ਨਹੀਂ ਕਿ ਹੱਥ ਵਿੱਚ ਤਲਵਾਰ ਫੜ ਕੇ ਲੜਨ ਵਾਲਾ ਹੀ ਸੂਰਮਾ ਹੁੰਦਾ। ਸਤਿਗੁਰੂ ਬਾਣੀ ਵਿੱਚ ਇੱਥੋਂ ਤੱਕ ਕਹਿੰਦੇ ਨੇ, ਜਾਂ ਕੋ ਹਰ ਰੰਗ ਲਾਗੋ ਕਿਸ ਜੁਗ ਮੈਂ, ਟੱਕਰ ਲੈ ਰਿਹਾ ਵਕਤ ਦੇ ਹਾਲਾਤਾਂ ਨਾਲ। ਇਹ ਯੁਗ ਸਮਾਂ ਉਹ ਜਾ ਰਿਹਾ ਜਦੋਂ ਹਰੀ ਰੰਗ ਕਿਸੇ ਨੂੰ ਲੱਗਣਾ ਬੜਾ ਔਖਾ ਹੈ, ਤੇ ਔਖੇ ਕੰਮ ਨਾਲ ਦੋ ਹੱਥ ਕਰਨੇ ਸੂਰਮੇ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਗਿਰਾਵੇ ਵਾਲਿਆਂ ਦੀ ਲਾਈਨ ਵਿੱਚ ਨਾ ਖੜਾ ਹੋਵੇ। ਕਹਿਣ ਲੱਗੇ ਮੈਂ ਉਹਨੂੰ ਵੀ ਸੂਰਮਾ ਆਖਣਾ ਜਿਹੜਾ ਆਪਣੇ ਬਚਨਾਂ ਤੇ ਨਿਭ ਜਾਂਦਾ ਹੈ, ਉਹ ਵੀ ਸੂਰਮਾ ਹੈ। ਗੁਰਮਤ ਦੇ ਖੇਤਰ ਵਿੱਚ ਜਿੰਨੀ ਥਾਂ ਤੇ ਸੂਰਮਾ ਲਫ਼ਜ਼ ਆਇਆ ਹੈ, ਉੱਥੇ ਜੀਵਨ ਦੀਆਂ ਇਹਨਾਂ ਕਰਤੱਵ ਭਰੀਆਂ ਨਿਸ਼ਾਨੀਆਂ ਤੇ ਤਲਵਾਰ ਦਾ ਯੋਗ ਆ ਗਿਆ।
ਅਵਾਨ ਦਾ ਯੁੱਗ ਆ ਗਿਆ, ਅਨਿਆਏ ਦਾ ਯੁੱਗ ਆ ਗਿਆ, ਜ਼ੁਲਮ ਦਾ ਯੁੱਗ ਆ ਗਿਆ, ਕਿਉਂਕਿ ਤਲਵਾਰ ਹੀ ਸੂਰਮੇ ਦੀ ਨਿਸ਼ਾਨੀ ਹੋ ਗਈ ਹੈ। ਹੁਣ ਤਾਂ ਫਿਰ ਬੜੇ ਸੂਰਮੇ ਪੈਦਾ ਹੋ ਗਏ, ਹੁਣ ਤਾਂ ਇੱਕ ਨਵੀਂ ਕਿਸਮ ਦੇ ਸੂਰਮੇ ਵੀ ਹੋ ਗਏ ਨੇ ਜਿਹੜੇ ਗੋਲਕਾਂ ਦੀ ਖਾਤਰ ਗੁਰਦੁਆਰਿਆਂ ਵਿੱਚ ਤਲਵਾਰਾਂ ਚੁੱਕਦੇ ਨੇ। ਜਿੰਨੇ ਰਾਜੇ ਮਹਾਰਾਜੇ ਸੰਸਾਰ, ਜਿੰਨੇ ਦੇਸ਼ਾਂ ਦੇ ਮਹਾਨ ਆਗੂ ਉਹ ਵੀ ਲੜਦੇ ਨੇ, ਤਾਂ ਲੜਦੇ ਨੇ ਕੇਵਲ ਆਪਣੇ ਰਾਜ ਭਾਗ। ਅੱਜ ਕੀ ਅੱਜ ਦੇ ਯੁੱਗ ਅੰਦਰ ਲੜਾਈਆਂ ਨੂੰ ਅੱਗੇ ਨਾਲੋਂ ਲੜਾਈਆਂ ਜ਼ਿਆਦਾ ਹੋ ਰਹੀਆਂ ਨੇ, ਬਲਕਿ ਲੜਾਈਆਂ ਦੇ ਸਾਧਨ, ਮਰਨ ਮਾਰਨ ਦੇ ਸਾਧਨ ਅੱਗੇ ਨਾਲੋਂ ਹਥਿਆਰ ਜ਼ਿਆਦਾ ਕੀਮਤੀ ਪੈਦਾ ਹੋ ਰਹੇ, ਅੱਗੇ ਨਾਲੋਂ ਵੱਡੇ ਸੂਰਮੇ ਹੋ ਰਹੇ। ਹੁਣ ਤਾਂ ਇੱਕ ਆਦਮੀ ਇੱਕ ਪਲ ਵਿੱਚ 10,000 ਨੂੰ ਮਾਰ ਸਕਦਾ, ਪਰ ਅਵਗਣਾਂ ਨੂੰ ਮਾਰ ਕੇ ਗੁਣਾਂ ਨੂੰ ਰਾਜ ਦੇਣਾ, ਜੀਵਨ ਵੀ ਇੱਕ ਰਾਜ ਹੈ, ਇੱਥੇ ਵੀ ਅੰਦਰ ਇੱਕ ਨਿਜ਼ਾਮ ਹੈ, ਇਸ ਅੰਦਰ ਵੀ ਇੱਕ ਜੀਵਨ ਦੇ ਅੰਦਰ ਵੀ ਇੱਕ ਨਿਜ਼ਾਮ ਚੱਲ ਰਿਹਾ, ਇੱਥੇ ਵੀ ਰਾਜ ਬਦਲਦੇ ਨੇ। ਕਬੀਰ ਜੀ ਨੇ ਸ਼ਬਦ ਆਖਿਆ ਨਾ ਇੱਕ ਥਾਂ ਤੇ, ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਦੇਖਦਾ ਕੀ ਹਾਂ ਤੇ ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ ਤੇ ਮਨ ਮਵਾਸੀ ਰਾਜਾ, ਕ੍ਰੋਧ ਸਿਪਾ ਸਲਾ ਬੜਾ ਲੜਾਕਾ, ਬੜਾ ਨਿਰਦਈ, ਉਹਦੇ ਹੱਥ ਵਿੱਚ ਆਈ ਹੋਈ ਤਲਵਾਰ ਇੰਨੀ ਨਿਰਦਈ ਹੁੰਦੀ, ਜਦੋਂ ਦੋ ਕ੍ਰੋਧ ਆ ਜਾਏ ਕਿਸੇ ਦਾ ਲਿਹਾਜ਼ ਨਹੀਂ ਹੁੰਦਾ। ਗੁਰੂ ਨੇ ਬਾਣੀ ਵਿੱਚ ਆਖਿਆ ਕਿ ਕਲ ਮੂਲ ਕ੍ਰੋਧ ਨੂੰ ਕਦਮ ਚ ਕਰਨਾ ਨਾ ਉਹ ਪਰਤੇ, ਬਿਲਕੁਲ ਤੂੰ ਦਇਆ ਤੇਰੇ ਕਦੇ ਕਿਸੇ ਜ਼ਿਹਨ ਦੇ ਕਿਸੇ ਹਿੱਸੇ ਵਿੱਚ ਆਈ ਨੇ। ਮਨ ਨੇ ਉਹਨੂੰ ਸਿਪਾ ਸਲਾਰ ਬਣਾ ਲਏ, ਤੇਰੇ ਤੇ ਰਾਜ ਕਰ ਲਏ, ਕ੍ਰੋਧ ਪ੍ਰਧਾਨ ਮਹਾਂ ਬੜਦੁੰਦਰ ਤੇ ਮਨ ਮਵਾਸੀ ਰਾਜਾ, ਪ੍ਰੇਮ ਪਵਿੱਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਲਓ, ਆ ਵੀ ਚੰਗ ਹੈ ਸੂਰਮਾ। ਬਾਬਾ ਕਬੀਰ ਜੀ ਦੇ ਸ਼ਬਦ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਤਰ ਜਾਲੀ ਏਕੇ ਚੋਪ ਸਜਾਇਆ, ਸਤ ਸੰਤੋਖ ਲੈ ਲੜਨੇ ਲੱਗਾ, ਸਤ ਸੰਤੋਖ ਲੈ ਲੜਨੇ, ਸੂਰਾ ਸੋ ਪਹਿਚਾਨੇ, ਸਤ ਸੰਤੋਖ ਲੈ ਲੜਨੇ ਲੱਗਾ, ਤੋਰੇ ਦੋਏ ਦਰਵਾਜ਼ਾ ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਜਿਹੜਾ ਮਨ ਰਾਜਾ ਮਣ ਮਣ ਤੇ ਮਾਨਿਆ ਸੀ ਨਾ, ਹੁਣ ਫੜ ਲਿਆ, ਹੁਣ ਸੂਰਮਾ ਗੁਰਮਤ ਦੀ ਕਸਵੱਟੀ ਤੇ ਕਿਹਨੂੰ ਮੰਨਿਆ ਜਾਂਦਾ ਹੈ। ਤੇ ਅੱਜ ਦੇ ਯੁੱਗ ਅੰਦਰ ਬਾਬਾ ਕਬੀਰ ਸਮਝਾਉਣਾ ਚਾਹੁੰਦੇ ਨੇ ਭਰਿਆ, ਇਸ ਦੁਨੀਆਂ ਅੰਦਰ ਜਿਹੜੇ ਸੂਰਮਿਆਂ ਦੀਆਂ ਲਿਸਟਾਂ ਨੇ ਇਤਿਹਾਸ ਦੇ ਪੰਨਿਆਂ ਤੇ, ਜਿਹੜੀਆਂ ਸੂਰਮਿਆਂ ਦੀਆਂ ਲਿਸਟਾਂ ਨੇ ਉਹਨਾਂ ਤੋਂ ਕਿਸੇ ਸੂਰਮੇ ਦਾ ਅੰਦਾਜ਼ਾ ਨਾ ਲਾ ਲਈ, ਬਲਕਿ ਬਾਬਾ ਕਬੀਰ ਕਹਿੰਦੇ ਯਾਰ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਸੂਰਮਾ ਉਹ ਹੈ ਜਿਹੜਾ ਧਰਮ ਦੀ ਖਾਤਰ ਧਰਮ ਦੀ ਰਾਖੀ ਲਈ, ਜਿਹੜਾ ਦੀਨ ਗਰੀਬ ਦੀ ਰਾਖੀ ਲਈ। ਮੈਂ ਤੇ ਹੈਰਾਨ ਹੁੰਦਾ ਰਿਹਾ, ਅੱਜ ਦੇਖਦਾ ਰਿਹਾ ਜਿੰਨੇ ਅਕਾਲੀ ਮੋਰਚਾ ਲਾਉਣ ਹੁੰਦਾ, ਨਾ ਹੀ ਧਰਮ ਯੁੱਧ ਮੋਰਚਾ ਰੱਖ ਲੈਂਦੇ, ਨਾ ਧਰਮ ਯੁੱਧ ਧਰਮ ਦੀ ਵਰਤੋਂ। ਬਾਬਾ ਕਬੀਰ ਆਪਣੀ ਰਸਨਾ ਤੋਂ ਆਖਦੇ ਨੇ, ਕਹਿੰਦੇ ਸੂਰਾ ਸੋ ਪਹਿਚਾਨੀਏ
ਸਾਡੇ ਕੋਲ ਫੌਜਾਂ ਜ਼ਿਆਦਾ ਸਨ, ਸਾਡੇ ਕੋਲ ਹਥਿਆਰ ਜ਼ਿਆਦਾ ਸਨ। ਕਿਹੜੀ ਚੀਜ਼ ਦੇ ਸਿਰ ਤੇ ਉਦੋਂ ਖਾਲਸਾ ਰਾਜ ਕਾਇਮ ਹੋਇਆ? ਤੇ ਮੈਂ ਇਸ ਕੀਤੀ ਸੀ, ਮੈਂ ਕਿਹਾ ਇੱਕ ਗੱਲ ਯਾਦ ਰੱਖਿਓ, ਜਦੋਂ ਸੰਸਾਰ ਦੇ ਲੁਟੇਰੇ ਜ਼ਾਲਮ ਰਾਜਿਆਂ ਦੇ ਹੱਥੋਂ ਅਜ਼ਮਤ, ਇੱਜ਼ਤ, ਧਨ, ਦੌਲਤ ਸਭ ਕੁਝ ਲੁੱਟਿਆ ਜਾ ਰਿਹਾ ਸੀ, ਉਦੋਂ ਉਹਨਾਂ ਧੀਆਂ ਭੈਣਾਂ ਦੀ ਇੱਜ਼ਤ ਅਤੇ ਦੌਲਤ ਬਚਾ ਕੇ ਜਦੋਂ ਕਿਸੇ ਮਾਂ ਬਾਪ ਦੇ ਘਰ ਸੁਰੱਖਿਅਤ ਸਿੰਘ ਪਹੁੰਚਾਉਂਦੇ ਸਨ, ਉਹਦੇ ਅੰਦਰੋਂ ਇੱਕ ਅਸੀਸ ਨਿਕਲਦੀ ਸੀ, ਰੱਬ ਕਰੇ ਰਾਜ ਇਹਨਾਂ ਦਾ ਹੀ ਹੋ ਜਾਏ। ਆਪਣੇ ਆਪ ਨੂੰ ਸਵਾਰਨਾ ਤੇ ਪਰੇ ਨਿਸ਼ਾਨੇ ਕਹੋ, ਨਿਸ਼ਾਨਾ ਖੂਬਸੂਰਤ ਹੋਣਾ ਜੀਵਨ ਦਾ ਅਹਿਮ ਮਸਲਾ ਹੈ, ਜਿਹੜਾ ਅੱਜ ਸਾਡੇ ਕੋਲ ਹੁਣੇ ਸੁਧਾਰਿਆ ਜਾ ਰਿਹਾ, ਦਿਨ ਬ ਦਿਨ ਬਰਬਾਦ ਹੋ ਰਿਹਾ। ਉਹ ਆਦਰਸ਼ ਤੇ ਆਦਰਸ਼ਕ ਜੀਵਨ ਜਿਹਨਾਂ ਕਾਰਨ ਦੁੱਖ ਪੈਦਾ ਹੋ ਰਹੇ ਨੇ, ਉਹ ਨਮੀਆਂ ਪੈਦਾ ਹੋ ਰਹੀਆਂ ਨੇ, ਗੁਰੂ ਬਖਸ਼ਿਸ਼ ਕਰੇ ਸਾਨੂੰ ਗੁਰਮਤ ਦੀ ਰੋਸ਼ਨੀ ਵਿੱਚ ਆਦਰਸ਼ਕ ਜੀਵਨ ਆ ਜਾਏ। ਇਹਨਾਂ ਸ਼ਬਦਾਂ ਨਾਲ ਖਿਵਾਂ ਦਾ ਜਾਚੀ ਖਾਂ।